मैं गुरचरण सिंह जी धर्मपिता सिंह साहब जहेदार जगतार सिंह हमारा अज जी असी की है जहेदार जी तकरीबन 15 दिनों तो बीमार चल रहे थे। समय समय मैनू भी खबर मिलती रही पर जो उन्होंने हूँ 28 तरीक न टैसट किया गया अंदर होस्पिटल जोड़ा जेल के अंदर है उन्होंने डेंगू डिकलेयर कराया उन्होंने डॉक्टर ने तो जोड़े उन्होंने सैल से 70,000 दसिया भी इस टाइम है जेडे कि नॉर्मल बंदे वास्ते भी 1.5 लाख उन्होंने गिनती होनी चाहिए है उन्होंने फिर अंदरों रैफर करते दीन दयाल होस्पिटल सानू पता लग्या। मैं गया 2 दिन असी पूरी चाराजोई करी सरकार तक अप्रोच की जेल प्रशासन तक अप्रोच की एप्लीकेशन दी भी सानू उन्होंने मिलन दिता जाए पर उन्होंने सिक्योरिटी इन्नी लाई भी सी भी उन्होंने मिलन तक नहीं दिता। पर जेड़ी तीजे दिन एक 5 मिनटा की मुलाकात एक सिंह उन्होंने कराई उन्हें दसिया भी अंदर इस तरह के नर्क च उन्होंने रखा गया उन्होंने हथकड़ियाँ ला के बैड नाल सी बैड तो सिर्फ टॉयलेट तक लैके जाते नाल दी नाल फिर उत्ते बिठा देंदे सी इन्ना अणमनुखी तसद्दत उन्होंने किया गया बिल्कुल प्रॉपर इलाज नहीं प्रॉपर खुराक नहीं जिस चीज़ की उन्होंने लोड़ सी इस करके उन्होंने फिर वापस जेल भेज दिता गया। पर जदों वापस भेजा उसकी मैडिकल रिपोर्ट सी भी 65,000 सैल सी जिहड़े कि बहुत घट है इस करके उन्होंने बिल्कुल इलाज नहीं हो रहा। मंग साड़ी है भी सानू परोल मिलनी चाहिए असी आप इलाज करा सकी उन्होंने चंगे हस्पताल च ਜੇਕਰ ਆਉਣ ਵਾਲੇ ਸਮੇਂ 'ਚ ਪਰੋਲ ਨਹੀਂ ਮਿਲਦੀ ਤੁਹਾਡੀ ਅਗਲੀ ਰਣਨੀਤੀ ਕੀ ਰਹੂਗੀ? ਦੇਖੋ ਅਸੀਂ ਸਾਡੇ ਵਕੀਲ ਉੱਥੇ ਗਏ ਹਾਂ ਕੋਰਟ 'ਚ ਗਏ ਹਾਂ ਅਸੀਂ ਜੋ ਹੈ ਸੰਗਤਾਂ ਸਾਡੇ ਤੋਂ ਪੁੱਛ ਰਹੀਆਂ ਵੀ ਇਹਦੇ ਖਿਲਾਫ਼ ਸਾਨੂੰ ਕੀ ਐਕਸ਼ਨ ਲੈਣਾ ਚਾਹੀਦਾ। ਅਸੀਂ ਇਹਨਾਂ ਸਰਕਾਰਾਂ ਦੇ ਖਿਲਾਫ਼ ਭਾਵੇਂ ਦਿੱਲੀ ਦੀ ਸਰਕਾਰ ਹੈ ਭਾਵੇਂ ਪੰਜਾਬ ਦੀ ਸਰਕਾਰ ਹੈ ਉਹਦੇ ਖਿਲਾਫ਼ ਬੜਾ ਜਹਾਦ ਖੜਾ ਕਰਾਂਗੇ ਕਿਉਂਕਿ ਬਹੁਤ ਉਹਨਾਂ ਨੂੰ ਇੰਨੇ ਪਿਆਰ ਕਰਦੇ ਹਾਂ ਵੀ ਉਹ ਬਾਰ ਬਾਰ ਪੁੱਛ ਰਹੇ ਹਾਂ ਵੀ ਸਾਨੂੰ ਕੋਈ ਐਕਸ਼ਨ ਲੈਣਾ ਚਾਹੀਦਾ। ਅਸੀਂ ਇਸੇ ਵੇਟ ਕਰ ਰਹੇ ਹਾਂ ਵੀ ਸਰਕਾਰ ਇਸ 'ਤੇ ਕੀ ਆਪਣਾ ਪ੍ਰਤੀਕਰਮ ਦੇ ਰਹੀ ਹੈ। ਤੁਸੀਂ ਕਹਿੰਦੇ ਵਿਤਕਰਾ ਕਰ ਰਹੇ ਨੇ, ਕੀ ਕਾਰਨ ਮੰਨਦੇ ਹੋ? ਬਿਲਕੁਲ ਸਿੱਖੀ ਕਰਕੇ ਹੀ ਹੈ। ਦੇਖੋ ਹੋਰ ਜਿਹੜੇ ਹੈ ਵੀ ਅੱਜ ਤੱਕ 1984 ਦੇ ਜਿਹੜੇ ਕਤਲੇਆਮ ਦੇ ਜ਼ਿੰਮੇਵਾਰ ਹੈ ਉਹਨਾਂ ਨੂੰ ਅਰੈਸਟ ਤੱਕ ਨਹੀਂ ਕੀਤਾ ਗਿਆ। ਇਹਨਾਂ ਨੂੰ ਹੁਣ ਤਕਰੀਬਨ 1.5 ਸਾਲ ਤੋਂ ਮੁਲਾਕਾਤ ਬੰਦ ਹੈ। ਇਹ ਵੀ ਸਿੱਖ ਹੋਣ ਦੇ ਨਾਤੇ ਉਹਨਾਂ ਕੋਲ ਸਮਾਨ ਨਹੀਂ ਬਾਹਰੋਂ ਕੋਈ ਜਾਣ ਦਿੱਤਾ ਜਾ ਰਿਹਾ। ਹੁਣ ਇਲਾਜ 'ਚ ਜਿਹੜੀ ਲਾਪਰਵਾਹੀ ਵਰਤੀ ਗਈ ਹੈ ਇਹ ਵਿਤਕਰੇ ਦੇ ਤਹਿਤ ਸਾਰਾ ਕੁਛ ਹੋ ਰਿਹਾ ਜੀ। ਠੀਕ ਹੈ। ਲੁਧਿਆਣੇ ਦੇ ਅੱਜ ਸਰਕਟ ਹਾਊਸ 'ਚ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਬਾਪੂ ਗੁਰਚਰਨ ਸਿੰਘ ਜੀ ਅਗਵਾਈ 'ਚ, ਨਾਲ ਸਾਡੇ ਸੁਪਰੀਮ ਕਮੇਟੀ ਦੇ ਆਗੂ ਨੇ, ਭਾਈ ਸਤਵੰਤ ਸਿੰਘ ਖਾਲਸਾ ਅਤੇ ਹੋਰ ਸਾਰੇ ਨੌਜਵਾਨ ਇੱਥੇ ਮੌਜੂਦ ਨੇ। ਸਾਡਾ ਇਹ ਏਜੰਡਾ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਸਾਹਿਬ ਕਈ ਦਿਨਾਂ ਤੋਂ ਬਹੁਤ ਜ਼ਿਆਦਾ ਬਿਮਾਰ ਚੱਲ ਰਹੇ ਨੇ ਅਤੇ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਬਹੁਤ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ, ਪਰ ਫਿਰ ਵੀ ਸਰਕਾਰ ਨੇ ਉਹਨਾਂ ਨੂੰ ਇੱਕ ਡਰਾਮਾ ਕੀਤਾ ਕਿ ਦੀਨ ਦਿਆਲ ਹਸਪਤਾਲ 'ਚ ਦਾਖਲ ਕਰਾਇਆ ਪਰ ਉੱਥੇ ਕੋਈ ਟ੍ਰੀਟਮੈਂਟ ਹੋਇਆ ਨਹੀਂ, ਜਦੋਂ ਕਿ ਉਹਨਾਂ ਦੇ 40,000 ਦੇ ਨੇੜੇ ਤੇੜੇ ਸੈੱਲ ਰਹਿ ਗਏ ਨੇ। ਉਹ ਸਾਡੀ ਕੌਮ ਦੇ ਬਹੁਤ ਵੱਡੇ ਮਤਲਬ ਇੱਕ ਆਗੂ ਨੇ, ਇੱਕ ਜਥੇਦਾਰ ਨੇ, ਅਤੇ ਸਰਕਾਰ ਉਹਨਾਂ ਦੀ ਇੰਨੀ ਲਾਪਰਵਾਹੀ ਕਰ ਰਹੀ ਹੈ। ਸੋ ਅਸੀਂ ਅੱਜ ਮੰਗ ਕਰਦੇ ਹਾਂ ਕਿ ਉਹਨਾਂ ਨੂੰ ਸਰਕਾਰ ਜਲਦ ਤੋਂ ਜਲਦ ਪੈਰੋਲ 'ਤੇ ਰਿਹਾ ਕਰੇ, ਕਿਉਂਕਿ ਜੇਕਰ ਸਾਧਵੀ ਪ੍ਰਿਗਿਆ ਜਿਹਨੇ ਅਨੇਕਾਂ ਬੰਬ ਬਲਾਸਟ ਕੀਤੇ ਨੇ ਉਹਨੂੰ ਪੈਰੋਲ ਮਿਲ ਸਕਦੀ ਹੈ, ਜੇਕਰ ਖੋਖਰ ਨਾਂ ਦਾ ਬੰਦਾ ਜਿਹਨੇ 5 ਸਿੱਖਾਂ ਨੂੰ ਜਿਉਂਦੇ ਸਾੜਿਆ ਹੋਵੇ, ਗੁਰੂ ਘਰ ਨੂੰ ਅੱਗ ਲਾਈ ਹੋਵੇ, ਉਸ ਬੰਦੇ ਨੂੰ ਮੈਡੀਕਲ ਪੈਰੋਲ ਦਿੱਤੀ ਜਾਂਦੀ ਹੈ, ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲੇ ਕੀਤੇ ਨੇ ਅਫਸਰ ਨੇ ਪੰਜਾਬ ਪੁਲਿਸ ਦੇ ਉਹਨਾਂ ਨੂੰ ਮੈਡੀਕਲ ਪੈਰੋਲ ਦਿੱਤੀ ਜਾਂਦੀ ਹੈ, ਲਾਲੂ ਯਾਦਵ ਨੂੰ 4 ਘੁਟਾਲੇ 'ਚ ਪੈਰੋਲ ਮਿਲਦੀ ਹੈ, ਉਸ ਤੋਂ ਬਾਅਦ ਓਮ ਪ੍ਰਕਾਸ਼ ਚੌਟਾਲੇ ਨੂੰ ਵੀ ਜਿਹੜਾ ਐਜੂਕੇਸ਼ਨ ਦੇ ਉੱਤੇ ਸਕੈਮ ਕੀਤਾ ਸੀ ਇਹਨਾਂ ਨੇ ਭਰਤੀ ਦੇ ਉੱਤੇ ਟੀਚਰਾਂ ਦੀ, ਉਹਦੇ ਵਿੱਚ ਪੈਰੋਲ ਮਿਲਦੀ ਹੈ, ਫਿਰ ਸਾਡੇ ਵਾਰੀ ਇਹਨਾਂ ਨੂੰ ਕੀ ਸਮੱਸਿਆ ਆਉਂਦੀ ਹੈ? ਸੋ ਅਸੀਂ ਮੰਗ ਕਰਦੇ ਹਾਂ ਵੀ ਸਿੱਖਾਂ ਦੇ ਨਾਲ ਇਸ ਮੁਲਕ ਦੇ ਵਿੱਚ ਵਿਤਕਰਾ ਹੋਣਾ ਬੰਦ ਹੋਵੇ ਅਤੇ ਜਥੇਦਾਰ ਸਾਹਿਬ ਨੂੰ ਜਲਦ ਤੋਂ ਜਲਦ ਪੈਰੋਲ ਦੇ ਉੱਤੇ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਦੇਖੋ ਜੀ, ਕੋਰਟਾਂ ਵੀ ਇਹਨਾਂ ਦੀਆਂ ਨੇ, ਜਦੋਂ ਤੱਕ ਅਸੀਂ ਕੋਰਟ ਬਿਲਕੁਲ ਜਾਵਾਂਗੇ ਇਹ ਨਹੀਂ ਹੈਗਾ, ਪਰ ਸਰਕਾਰ ਦਾ ਬਹੁਤ ਵੱਡਾ ਇਹਦੇ ਪਿੱਛੇ ਰੋਲ ਹੁੰਦਾ। ਜੇਕਰ ਸਰਕਾਰ ਇਹਨਾਂ ਦਾ ਸਾਥ ਨਾ ਦਿੰਦੀ ਤਾਂ ਸਾਧਵੀ ਪ੍ਰਿਗਿਆ ਨੂੰ ਕਦੇ ਪੈਰੋਲ ਨਹੀਂ ਮਿਲਣੀ ਸੀ। ਜੇਕਰ ਸਾਧਵੀ ਪ੍ਰਿਗਿਆ
मैडिकल की लीव लैके बाहर आके कबड्डी खेड सकती है तो साढ़े जथेदार साहब की रिहाई क्यों नहीं हो सकती बी सर जथेदार की रिहाई लिए उन्होंने कहा कि असी जे एक गल इन्हों सज़ा माफ ही नहीं देखो जी असी माफ़ी मंग नहीं रहे असी कौम वालों ज अकाल यूथ वालों ये डिमांड कर रहे कि उन्होंने पेरोल दी जाए असी नहीं कह रहे कि उन्होंने तुसी असीं तां छुट्टी मंग रहे हैं कि उन्होंने छुट्टी दी जाए कुछ दिनों लिए ताकि उन्हों की सेहत है वह चंगी हो सके जथेदार वालों कोई इदा का बयान आऊगा कि वो खुद कह कि हाँ मैं चाहिए देखो जी जथेदार साहब बारे तो उन्होंने वकील साहब ही दसणगे फिलहाल बाकी मेरे तो बाद उन्होंने बापू जी ने वो गलबात करनगे असी कोई भी इदा की गल नहीं करते असी सिर्फ पहला पैरोल की गल करते हैं कि उन्होंने इमीजिएटली पेरोल दी जाए नहीं तो जेकर उन्होंने जानी कोई माली नुकसान होंगे सीधे रूप के केंद्र सरकार तो केजरीवाल सरकार होगी जिदे अधीन तिहाड़ जेल आँदी है। ठीक है।